ਹੈਲੋ एवरीवन ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਜਨੀਸ਼ਕਰ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬ ਵੱਡਾ 247 YouTube ਚੈਨਲ ਤੇ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਗੇ ਬਹੁਤ ਹੀ ਘੈਂਟ ਹੋਗੇ ਤਾਂ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਡਾ ਫਿਰ ਤੋਂ ਸਵਾਗਤ ਕਰਦੀ ਹਾਂ ਤੁਹਾਨੂੰ ਪਤਾ ਕਿ ਆਪਣੀ ਜਿਹੜੀ ਕਲਾਸ ਹੈ ਉਹ ਕਿੰਨੇ ਦਿਨਾਂ ਤੋਂ ਸ਼ੁਰੂ ਹੋਈ ਹੋਈ ਹੈ ਤੇ ਆਪਾਂ ਡੇਲੀ ਇੱਥੇ MCQਸ ਕਰਦੇ ਆ ਤੇ ਮਿਕਸ MCQਸ ਕਰਦੇ ਆ ਤਾ ਸੇਮ ਅੱਜ ਵੀ ਮੈਂ ਤੁਹਾਡੇ ਅੱਗੇ ਮਿਕਸ ਐਮਸੀਕਿਊਜ਼ ਲੈ ਕੇ ਹਾਜ਼ਰ ਆਂ ਤਾਂ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਨੀਅਰ ਅਸਿਸਟੈਂਟ ਦਾ ਪੇਪਰ ਹੁਣ ਨੇੜੇ ਆ ਰਿਹਾ ਹੋਰ ਵੀ ਕਈ ਪੇਪਰ ਨੇ ਜਿਹੜੇ ਹੁਣ ਨੇੜੇ-ਨੇੜੇ ਆ ਰਹੇ ਨੇ ਮੰਨੀ ਲੋਬਸ ਕੇ ਆ ਹੀ ਗਏ ਤਾਂ ਜੇ ਹੁਣ ਵੀ ਤੁਸੀਂ ਤਿਆਰੀ ਨਾ ਸ਼ੁਰੂ ਕੀਤੀ ਜੇ ਹੁਣ ਵੀ ਤੁਸੀਂ ਤਿਆਰੀ ਤੇ ਫੋਕਸ ਨਾ ਕੀਤਾ ਤਾਂ ਫੇਰ ਤਾਂ ਆਪਾਂ ਕਹੀਏ ਕਿ ਆਪਾਂ ਭੁੱਲ ਹੀ ਜਾਈਏ ਕਿਉਂਕਿ ਆਪਾਂ ਆਪ ਹੀ ਮਿਹਨਤ ਨਹੀਂ ਕਰਦੇ ਆ ਆਪਾਂ ਸੋਚੀ ਜਾਈਏ ਕਿ ਆਪਾਂ ਕੰਮ ਨਹੀਂ ਕਰ ਰਹੇ ਆਪਾਂ ਕੋਈ ਚੀਜ਼ ਲੈਣੀ ਆ ਉਹਦੇ ਤੇ ਆਪਾਂ ਵਰਕਆਊਟ ਨਹੀਂ ਕਰ ਰਹੇ ਆਪਾਂ ਨੇ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣਾ ਬਟ ਆਪ ਆਪ ਹੀ ਉਹਨੂੰ ਟਾਲੀ ਜਾ ਰਹੇ ਆਪਾਂ ਮਿਹਨਤ ਨਹੀਂ ਕਰ ਰਹੇ ਤਾਂ ਆਪਣੇ ਦੇ ਵਿੱਚ ਗਲਤੀ ਹੋਈ ਤਾਂ ਹੁਣ ਸਾਰਿਆਂ ਨੂੰ ਸੀਰੀਅਸ ਹੋ ਜਾਣਾ ਚਾਹੀਦਾ ਜਿਹੜੇ ਸਾਰੀਆਂ ਕਲਾਸਿਸ ਨੇ ਪ੍ਰੋਪਰ ਸੀਰੀਅਸ ਤੌਰ ਤੇ ਆਪਾਂ ਨੂੰ ਲਾਉਣੀਆਂ ਚਾਹੀਦੀਆਂ ਨੇ ਸੋ ਠੀਕ ਹੈ ਜੀ ਅੱਜ ਦੀ ਕਲਾਸ ਨੂੰ ਆਪਾਂ ਸ਼ੁਰੂ ਕਰਦੇ ਆ ਬਹੁਤਾ ਸਮਾਂ ਵੇਸਟ ਨਹੀਂ ਕਰਦੇ ਚਲੋ ਜੀ ਸੋ ਅੱਜ ਦਾ ਮੋਟੀਵੇਸ਼ਨਲ ਥਾਟ ਹੈ ਇਟਸ ਨਾਟ ਅਬਾਊਟ ਆਈਡੀਆਜ਼ ਕਿ ਹਮੇਸ਼ਾ ਇਹ ਨਹੀਂ ਹੁੰਦਾ ਕਿ ਮੇਰੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਮੈਨੇ 4 ਵਜੇ ਪੜ੍ਹਨਾ ਸ਼ੁਰੂ ਕਰਨਾ ਹੈ ਖਿਆਲ ਆਇਆ ਖਿਆਲ ਤਾਂ ਬਹੁਤ ਆਉਂਦੇ ਨੇ ਖਿਆਲ ਤਾਂ ਅੱਜ ਪ੍ਰਧਾਨ ਮੰਤਰੀ ਬਣ ਗਏ ਮੈਂ ਬਣ ਗਿਆ ਮੈਂ ਆਹ ਕਰ ਲਿਆ ਤਾਂ ਖਿਆਲ ਤਾਂ ਬਹੁਤ ਕੁਝ ਆਉਂਦੇ ਨੇ ਬਟ ਇਟਸ ਅਬਾਊਟ ਮੇਕਿੰਗ ਆਈਡੀਆਜ਼ ਹੈਪਨ ਹਮੇਸ਼ਾ ਇਹ ਹੁੰਦਾ ਹੈ ਕਿ ਆਈਡੀਆ ਸੋਚੋ ਖਿਆਲ ਲਿਆਓ ਆਪਣੇ ਮਨ ਦੇ ਵਿੱਚ ਕਿ ਆਪਾਂ ਨੇ ਕਰਨਾ ਕੀ ਹੈ ਕਰਨਾ ਨਹੀਂ ਕੀ ਪਰ ਉਹਨੂੰ ਨਾ ਕਿ ਕਹਿੰਦੇ ਹੁੰਦੇ ਨੇ ਉਹਦੇ ਤੇ ਅਮਲ ਵੀ ਕਰੋ ਕਿ ਹਾਂ ਮੈਂ ਇਸ ਆਈਡੀਆ ਨੂੰ ਕਿਵੇਂ ਐਪਲੀਕੇਬਲ ਕਰਨਾ ਮੈਂ ਇਸ ਆਈਡੀਆ ਤੇ ਕਿਵੇਂ ਵਰਕਆਊਟ ਕਰਨਾ ਤਾਂ ਜੋ ਚੀਜ਼ਾਂ ਮੇਰੇ ਫੇਵਰ ਦੇ ਵਿੱਚ ਹੋਣ ਹਮੇਸ਼ਾ ਖਿਆਲ ਖਿਆਲ ਦੀ ਫਾਰਮ ਦੇ ਵਿੱਚ ਦਿਮਾਗ ਦੇ ਵਿੱਚ ਨਾ ਰੱਖਿਆ ਕਰੋ ਤਾਂ ਜੋ ਜਿਹੜੀ ਚੀਜ਼ ਜਿਹੜੀ ਤੁਸੀਂ ਉਸੀ ਚੀਜ਼ ਸੋਚ ਰਹੇ ਹੋ ਉਹਨੂੰ ਥੋੜਾ ਜਿਹਾ ਵਰਕਆਊਟ ਹੋਣ ਦੇ ਲਈ ਟਾਈਮ ਜ਼ਰੂਰ ਲੱਗਦਾ ਬਟ ਉਹਨੂੰ ਵਰਕਆਊਟ ਕਰੋ ਸੋਚਣ ਦੇ ਵਿੱਚ ਨਹੀਂ ਰੱਖਣਾ ਹਮੇਸ਼ਾ ਚੀਜ਼ਾਂ ਨੂੰ ਕੰਮ ਦੇ ਵਿੱਚ ਲੈ ਕੇ ਆਉਣਾ ਹੈ ਚਲੋ ਜੀ ਸੋ ਵੈਰੀ ਫਰਸਟ ਕੁਸ਼ਨ ਹੈ ਅੱਜ ਆਪਣਾ ਆਊਟ ਆਫ ਦਾ ਫੋਰਡ ਆਲਟਰਨੇਟਿਵਸ ਚੂਜ਼ ਦਾ ਵਨ ਵਿਚ ਬੈਸਟ ਐਕਸਪ੍ਰੈਸਸਸ ਦਾ ਆਪੋਜ਼ਿਟ ਮੀਨਿੰਗ ਦੇਖੋ ਆਪੋਜ਼ਿਟ ਮੀਨਿੰਗ ਹੈ ਵਰਡ ਆਪਣੇ ਕੋਲ ਕੀ ਹੈਗਾ ਆਪਣੇ ਕੋਲ ਵਰਡ ਹੈ ਫਲੋਟ ਵਰਡ ਆਪਣੇ ਕੋਲ ਫਲੋਟ ਹੈ ਤਾਂ ਫਲੋਟ ਦਾ मीनिंग ਕੀ ਹੋਗਾ ਦੇਖੋ ਇਸ ਪੁਲਿਸ ਵਾਲੇ ਨੇ ਇਹਨੂੰ ਫੜਿਆ ਕਿਉਂ ਹੈ ਕਿਉਂਕਿ ਇਹੇ ਕੀ ਕਰ ਰਿਹਾ ਸੀ ਰੂਲਸ ਦੀਆਂ ਉਲੰਘਣਾ ਕਰ ਰਿਹਾ ਸੀ ਜਿਹੜੇ ਰੂਲਸ ਬਣੇ ਹੋਏ ਨੇ ਜਦੋਂ ਜਿਹੜੇ ਇਹਨਾਂ ਨੂੰ ਆਪਾਂ ਉਲੰਘਣਾ ਕਰਦੇ ਆ ਜਾਂ ਇਹਨਾਂ ਨੂੰ ਆਪਾਂ ਨਹੀਂ ਮੰਨਦੇ ਤਾਂ ਆਪਾਂ ਉਸ ਪ੍ਰੋਸੈਸ ਉਸ ਚੀਜ਼ ਨੂੰ ਕੀ ਕਹਾਂਗੇ ਫਲੋਟ ਕਹਾਂਗੇ ਤਾਂ ਆਪਣੇ ਕੋਲ ਚਾਰ ਆਪਸ਼ਨਸ ਨੇ ਦੇਖੋ ਜੀ ਚਾਰ ਆਪਸ਼ਨਸ ਨੇ ਅਪਰੂਵ ਆਊਟਵਰਸ ਡਿਡੈਂਸੀਏਸ਼ਨ ਜਾਂ ਅਬਿਊਜ਼ ਜਲਦੀ ਜਲਦੀ ਤੁਹਾਡੇ ਕੋਲ ਸਿਰਫ 2 ਸੈਕਿੰਡ ਦਾ ਸਮਾਂ ਹੈ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖੋ ਚਲੋ ਜੀ ਤਾਂ ਹੁਣ ਦੇਖੋ ਪੁੱਛਿਆ ਕੀ ਗਿਆ ਸੀਗਾ ਕਿ ਆਪੋਜ਼ਿਟ ਮੀਨਿੰਗ ਆਪੋਜ਼ਿਟ ਮੀਨਿੰਗ ਕੀ ਹੋਊਗਾ ਕਿ ਕਿਸੇ ਚੀਜ਼ ਦੀ ਜੇ ਆਪਾਂ ਉਲੰਘਣਾ ਕਰ ਰਹੇ ਆ ਤਾਂ ਦਾ ਆਪੋਜ਼ਿਟ ਮੀਨਿੰਗ ਕੀ ਹੋਊਗਾ ਕਿ ਆਪਾਂ ਕਿਸੇ ਚੀਜ਼ ਨੂੰ ਮੰਨ ਰਹੇ ਆ ਤਾਂ ਜਦੋਂ ਕਿਸੇ ਚੀਜ਼ ਨੂੰ ਮੰਨਣਾ ਤਾਂ ਆਪਸ਼ਨ ਨੰਬਰ 1 ਹੀ ਤੁਹਾਡੇ ਸਾਹਮਣੇ ਪਿਆ ਕਿ ਕਿਸੇ ਚੀਜ਼ ਨੂੰ ਅਪਰੂਵ ਕਰਨਾ ਕਿਸੇ ਚੀਜ਼ ਨੂੰ ਮੰਨਣਾ ਪਰ ਆਪਾਂ ਤਾਂ ਪ੍ਰੈਕਟਿਸ ਕਰ ਰਹੇ ਆ ਤਾਂ ਇਸ ਪ੍ਰੈਕਟਿਸ ਸੈਸ਼ਨ ਦੇ ਵਿੱਚ ਆਪਾਂ ਨੂੰ ਚਾਰਾਂ ਦੇ मीनिंग ਪਤਾ ਹੋਣੇ ਚਾਹੀਦੇ ਨੇ ਜੇ ਚਾਰਾਂ ਦੇ मीनिंग ਪਤਾ ਹੋਣਗੇ ਤਾਂ ਹੀ ਆਪਣੀ ਪ੍ਰੈਕਟਿਸ ਆਪਾਂ ਕਹਿੰਦੇ ਆ ਕਿ ਫਰੂਟਫੁੱਲ ਹੋਊਗੀ ਨਹੀਂ ਤਾਂ ਇੱਕ ਦਾ ਆਨਸਰ ਮਿਲ ਗਿਆ ਕੀ ਪਤਾ ਇੱਕ ਪੇਪਰ 'ਚ ਨਾ ਆਵੇ ਉਹ ਤਿੰਨਾਂ ਵਾਲੇ ਪੇਪਰ ਚ ਆ ਜਾਣ ਚਲੋ ਜੀ ਆਊਟਬਰਸਟ ਆਊਟਬਰਸਟ ਕੀ ਹੁੰਦਾ ਹੈ ਕਿ ਇੱਕ ਇਮੋਸ਼ਨ ਹੁੰਦਾ ਆਪਣਾ ਆਪਾਂ ਕਹਿੰਦੇ ਆ ਨਾ ਕਿ ਯਾਰ ਮੈਨੂੰ ਬਹੁਤ ਗੁੱਸਾ ਆ ਰਿਹਾ ਮੈਂ ਕਿੰਨੇ ਦਿਨਾਂ ਤੋਂ ਭਰੀ ਪਈ ਆ ਇਸ ਚੀਜ਼ ਦੇ ਵਿੱਚ ਕਿ ਹਾਂ ਮੇਰਾ ਕੰਮ ਹੈ ਜਿਹੜਾ ਕਿਸੇ ਪਰਸਨ ਨਾਲ ਆਪਣੀ ਲੜਾਈ ਹੁੰਦੀ ਹੈ ਕਿ ਆਪਾਂ ਕਹਿ ਨਹੀਂ ਪਾਉਂਦੇ ਬਟ ਇੱਕ ਦਿਨ ਕੀ ਹੁੰਦਾ ਕਿ ਆਪਣੇ ਤੋਂ ਕੰਟਰੋਲ ਨਹੀਂ ਹੁੰਦਾ ਤਾਂ ਜਦੋਂ ਉਹ ਕੰਟਰੋਲ ਨਹੀਂ ਹੁੰਦਾ ਤਾਂ ਜਿਹੜਾ ਆਪਣਾ ਇਮੋਸ਼ਨ ਹੈ ਉਹ ਇੱਕਦਮ ਗੁੱਸੇ ਦੇ ਫਾਰਮ ਦੇ ਵਿੱਚੋਂ ਬਾਹਰ ਆਉਂਦਾ ਤਾਂ ਉਸ ਨੂੰ ਚੀਜ਼ ਕਹਿੰਦੇ ਕਿ ਫਟਣਾ ਕਿ ਆਪਣਾ ਸਾਰਾ ਆਪਾਂ ਕੱਢ ਤੇ ਇੱਕ ਦਿਨ ਦੇ ਵਿੱਚ ਹੀ ਕੱਢ ਤੇ ਇੰਨੇ ਦਿਨਾਂ ਦਾ ਆਪਾਂ ਇਕੱਠਾ ਰੱਖਿਆ ਹੋਇਆ ਸੀ ਤਾਂ ਆਊਟ ਬਸ ਮੀਨਸ ਇੱਕ ਇਮੋਸ਼ਨ ਹੈ ਆਪਣਾ ਐਂਗਰ ਦੀ ਫਾਰਮ ਦੇ ਵਿੱਚ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਡੀਨਨਸੀਏਸ਼ਨ ਕੀ ਹੋ ਜੂਗਾ ਡੀਨਨਸੀਏਸ਼ਨ 플ੌਟ ਦੀ ਹੀ ਹੈ ਕਿ ਓਪਨਲੀ ਪਬਲਿਕ ਦੇ ਵਿੱਚ ਕਿਸੇ ਨੂੰ ਕਿਸੇ ਨੂੰ ਬਹੁਤ ਹੀ ਜ਼ਿਆਦਾ ਤਾੜਨਾ ਕਰਨੀ ਕਿਸੇ ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰਨਾ ਠੀਕ ਹੈ ਕੁਝ ਗਲਤ ਕੀਤਾ ਤਾਂ ਉਸ ਦੀ ਉਸ ਨੂੰ ਆਪਾਂ ਕੀ ਕਹਾਂਗੇ ਡੀਨੰਸੀਏਸ਼ਨ ਕਹਾਂਗੇ ਅਬਿਊਜ਼ ਕੀ ਹੋਗਾ ਅਬਿਊਜ਼ ਹੋਗਾ ਕਿ ਕਿਸੇ ਨੂੰ ਗਾਲੀ ਗਲੋਚ ਕਰਨਾ ਕਿਸੇ ਨੂੰ ਅਬਿਊਜ਼ ਕਰਨਾ ਕਿਸੇ ਨੂੰ ਗਲਤ ਮਲਤ ਬੋਲਣਾ 댓 ਇਜ਼ ਅਬਿਊਜ਼ ਤਾਂ ਦੇਖਦੇ ਆਪਣਾ ਆਨਸਰ ਸਹੀ ਹੈ ਜਾਂ ਨਹੀਂ ਸੋ অপਸ਼ਨ ਨੰਬਰ 1 ਅਪਰੂਵ ਇਜ਼ ਯੂਰ ਰਾਈਟ ਆਨਸਰ ਕਲੀਅਰ एवरीवन ਜੇ ਕਲੀਅਰ ਹੈ ਤਾਂ ਇੱਕ ਵਾਰ ਥੰਬਸ ਅਪ ਜ਼ਰੂਰ ਕਰ ਦਿਓ ਚਲੋ ਜੀ ਨੈਕਸਟ ਨੈਕਸਟ ਦੇਖੋ ਤੁਹਾਡੇ ਅੱਗੇ ਸਕਰੀਨ ਦੇ ਅੱਗੇ ਇੱਕ ਕੁਐਸਚਨ ਆ ਅ ਡੈਸ਼ ਆਫ ਸਮਾਲ ਸਟੋਨਸ ਇਸ ਕਾਲਡ ਮੋਜ਼ੈਕ ਦੇਖੋ ਮੋਜ਼ੈਕ ਕੀ ਕਹਾਂਗੇ ਕੀ ਉਹ ਸਟਰਕਚਰ ਹੋਗੀ ਜਾਂ ਮਾਉਂਟ ਹੋਗਾ ਜਾਂ ਪੈਟਰਨ ਹੋਗਾ ਜਾਂ ਡਿਜ਼ਾਈਨ ਹੋਗਾ ਡਿਜ਼ਾਈਨ ਆਫ ਸਮਾਲ ਦੇਖੋ ਜਿਹੜੇ ਸਟੋਨਸ ਨੂੰ ਕੋਲੇ ਕੋਲੇ ਰੱਖ ਕੇ ਉਹ ਜਿਹੜਾ ਆਪਾਂ ਚੀਜ਼ ਕਹਿੰਦੇ ਆ ਉਹ ਚੀਜ਼ ਕੀ ਬਣਦੀ ਆ ਮੋਜ਼ੈਕ ਬਣਦੀ ਆ ਤਾਂ ਹੁਣ ਸਟੋਨਸ ਨੂੰ ਆਪਾਂ ਨੇੜੇ-ਨੇੜੇ ਕੀ ਰੱਖਾਂਗੇ ਤਾਂ ਕੀ ਬਣੂਗਾ ਉਸ ਚੀਜ਼ ਨੂੰ ਆਪਾਂ ਸਟਰਕਚਰਲ ਸਟਰਕਚਰ ਆਫ ਸਮਾਲ ਸਟੋਨ ਨਹੀਂ ਸਟਰਕਚਰ ਨਹੀਂ ਹੋਊਗੀ ਕਿਉਂਕਿ ਸਟਰਕਚਰ ਤਾਂ ਫੁੱਲੀ ਉਸ ਚੀਜ਼ ਦੀ ਕੀ ਹੋਗੀ ਕਿ ਆਪਾਂ ਕਹਿਣਾ ਕਿ ਰੂਪਰੇਖਾ ਹੋਗੀ ਇੱਕ ਤਰ੍ਹਾਂ ਦੀ ਸਟਰਕਚਰ ਕਿਦਾਂ ਦੀ ਸਟਰਕਚਰ ਕਿਵੇਂ ਬਣੀ ਹੋਈ ਹੈ ਦੀ ਉਹ ਤਾਂ ਫੁੱਲ ਕੰਪਲੀਟ ਹੋ ਗਿਆ ਮਾਉਂਡ ਵੀ ਨਹੀਂ ਹੋ ਸਕਦਾ ਸੋ ਪੈਟਰਨ ਪੈਟਰਨ ਆਪਾਂ ਕਹਿ ਸਕਦੇ ਆ ਕਿ ਪੈਟਰਨ ਆਫ ਸਮਾਲ ਠੀਕ ਹੈ ਆ ਪੈਟਰਨ ਆਫ ਸਮਾਲ ਸਟੋਨਸ ਇਜ਼ ਕਾਲਡ ਮੋਜ਼ੈਕ ਤਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਇਹ ਸਮਾਲ ਪੈਟਰਨਸ ਆਪਾਂ ਕਹਿ ਰਹੇ ਨੇ ਕਿ ਸਟੋਨਸ ਨੇ ਉਹਨਾਂ ਨੂੰ ਕੋਲੇ ਕੋਲੇ ਰੱਖ ਕੇ ਇੱਕ ਫੁੱਲ ਦੀ ਫਾਰਮ ਦੇ ਵਿੱਚ ਇੱਕ ਪੈਟਰਨ ਬਣਾਇਆ ਗਿਆ ਕਲੀਅਰ एवरीवन दैट ਡਿਜ਼ਾਈਨ ਤਾਂ ਨਹੀਂ ਕਹਿ ਸਕਦੇ ਡਿਜ਼ਾਈਨ ਡਿਜ਼ਾਈਨ ਤਾਂ ਬਾਅਦੋਂ ਬਣ ਕੇ ਤਿਆਰ ਹੁੰਦਾ ਨਾ ਸਮਾਲ ਸਟੋਨਸ ਨੂੰ ਆਪਾਂ ਰੱਖ ਤਾ ਆਪਾਂ ਕਹਿੰਦੇ ਕਿ ਇਹ ਇੱਕ ਤਰ੍ਹਾਂ ਡਿਜ਼ਾਈਨ ਹੋ ਗਿਆ ਨਮੂਨਾ ਤਿਆਰ ਕਰ ਲਿਆ ਤਾਂ दैट डਸਨਟ ਮੀਨ ਸੋ ਇਥੇ ਸੂਟੇਬਲ ਵਰਡ ਕਿ ਵਰਡ ਕਿਹੜਾ ਹੈ ਤੁਹਾਡਾ অপਸ਼ਨ ਨੰਬਰ ਸੈਕਿੰਡ ਥੈਟ ਇਜ਼ ਪੈਟਰਨ clear everyone oh, sorry option number 3 pattern so right answer is your option number 3 jinna nu answer nahi dikh rya ho screen de corner te ne dekho answer number 3 is your right answer clear everyone so chalo ji next question wala pa chalde ha so next hai sininum dasna irre irre irrevocable ta ki hoga irrevocable enu tusi tod ke pad sakde ho ki oh change hoga या डन कोई चीज हो चुकी है या फिर अनअल्टेरेबल होगा या फिर रिवर्सिबल होगा चलो समझ दे ता देखो आपा कहिए ना इस ए दी हाइट मेजर ਕਰ ਰਿਹਾ ਬੰਦਾ ਕਿ ਹਾਂ ਇਹ ਚਲੋ ਬਾਲਾਂ ਦੀ ਕਹਿ ਲੋ ਆ हाइट मेजर ਕਰ ਰਿਹਾ 2000 ਦੇ ਵਿੱਚ ਵੀ ਉਹ ਚੀਜ਼ ਕੀ ਸੀ 19 ਸੀਗੀ ਠੀਕ ਹੈ 2011 ਦੇ ਵਿੱਚ ਵੀ ਚੀਜ਼ ਉਨੀ ਸੀਗੀ 2022 ਦੇ ਵਿੱਚ ਵੀ ਉਨੀ ਸੀ ਤਾਂ ਕੋਈ ਚੀਜ਼ ਚੇਂਜ ਨਹੀਂ ਹੋਈ ਉਹਨੂੰ ਆਪਾਂ ਕੀ ਕਹਾਂਗੇ ਇਰਰੇਵੋਕੇਬਲ ਕਹਾਂਗੇ ਠੀਕ ਹੈ ਜੀ ਇਰਰੇਵੋਕੇਬਲ ਕਹਾਂਗੇ ਸੋ ਜਿਹੜੀ ਚੀਜ਼ ਚੇਂਜ ਨਹੀਂ ਹੋ ਸਕਦੀ ਮਤਲਬ ਉਹਦੇ ਵਿੱਚ ਕੋਈ ਵੀ ਅਲਟਰੇਸ਼ਨ ਨਹੀਂ ਹੋ ਸਕਦੀ ਸੋ অপਸ਼ਨ ਨੰਬਰ 3 ਇਜ਼ ਯੂਰ ਰਾਈਟ ਆਨਸਰ ਰਿਵਰਸਿਬਲ ਨਹੀਂ ਹੋਊਗੀ ਕਿ ਇਸ ਨੂੰ ਆਪਾਂ ਰਿਵਰਸਿਬਲ ਕਰ ਸਕਦੇ ਕੀ ਆਪਾਂ ਏਜ਼ ਜਾਂ ਉਸ ਚੀਜ਼ ਨੂੰ ਰਿਵਰਸਿਬਲ ਕਰ ਸਕਦੇ ਨਹੀਂ ਕਰ ਸਕਦੇ ਦਵਾਰਾ ਮੂਰਤ ਤੋਂ ਲੈ ਕੇ ਆ ਸਕਦੇ ਠੀਕ ਹੈ ਡਨ it doesn't matter change change ਤਾਂ ਦਾ ਆਪਾਂ ਕਹਿ ਰਹੇ ਆ ਕਿ ਆਪੋਜ਼ਿਟ ਹੀ ਹੋ ਗਿਆ ਬਟ ਆਪਾਂ ਨੇ ਦੱਸਨੇ ਤੇ ਸਿਨੇਮ ਹੈ ਸੋ ਸਿਨੇਮ ਇਜ਼ ਯਰ ਅਨਅਲਟਰੇਬਲ ਸੋ অপਸ਼ਨ ਨੰਬਰ 3 ਇਜ਼ ਯਰ ரைਟ ਆਂਸਰ ਹੋਪਸ ਸੋ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਕਿ ਆਪਾਂ ਫੋਟੋ ਵਾਲਾ ਕਨਸੈਪਟ ਕਿਉਂ ਲੈ ਕੇ ਆਉਨੇ ਆ ਕਿ ਫੋਟੋ ਵਾਲੇ ਕਨਸੈਪਟ ਦੇ ਨਾਲ ਥੋੜੀਆਂ ਜੀਆਂ ਚੀਜ਼ਾਂ ਨੇ ਜਿਹੜੀਆਂ ਯਾਦ ਆ ਯਾਦ ਰਹਿੰਦੀਆਂ ਨੇ ਕਦੇ ਵੀ ਦੇਖਿਆ ਹੋਊਗਾ ਚਲੋ ਜੀ ਨੈਕਸਟ ਸਿਲੈਕਟ ਦਾ ਇਨਕੋਰੈਕਟਲੀ ਸਪੈਲਡ ਵਰਡ ਜਿਹੜਾ ਸਪੈਲਿੰਗ ਜਿਹਦੇ ਗਲਤ ਨੇ ਉਹਨੂੰ ਚੂਜ਼ ਕਰਨਾ ਹੈ ਕਿ ਸਪੈਸ਼ਲਿਸਟ ਹੋਊਗਾ ਸਪੈਸ਼ਲਿਸਟ ਹੋਊਗਾ ਕਿ ਪਹਿਲਾਂ ਸੁਣੋ ਸਪੈਸ਼ਲਿਸਟ ਹੋਊਗਾ ਕਿ ਕਿਸੇ ਚੀਜ਼ ਦੇ ਵਿੱਚ ਇਹ ਬੰਦਾ ਸਪੈਸ਼ਲਿਸਟ ਹੈ ਇਸ ਦੇ ਵਿੱਚ ਇਹਦੀ ਸਪੈਸ਼ਲਿਸਟ ਹੈ ਇਹ ਡਾਕਟਰ ਦੀ ਸਪੈਸ਼ਲਿਸਟ ਇਸ ਚੀਜ਼ ਦੇ ਵਿੱਚ ਹੈ ਹਨਾ ਇਹ ਹੱਡੀਆਂ ਦਾ ਮਾਹਿਰ ਹੈ ਮਾਹਿਰ ਆਪਾਂ ਉਸ ਚੀਜ਼ ਨੂੰ ਕੀ ਕਹਾਂਗੇ ਸਪੈਸ਼ਲਿਸਟ ਕਲੀਅਰ एवरीवन ਕੀ ਸਪੈਸ਼ਲਿਸਟ ਦਾ ਸਪੈਲਿੰਗ ਠੀਕ ਨੇ ਮੇਰੇ ਅਕੋਰਡਿੰਗ ਠੀਕ ਨੇ ਚਲੋ ਜੀ ਨੈਕਸਟ ਹੈ ਸਪੈਸ਼ਲਾਈਜੇਸ਼ਨ ਕਿਉਂਕਿ ਸਿਮਿਲਰ ਵਰਡ ਨੇ ਆਪਾਂ ਕਹਿ ਦੇਣਾ ਕਿ ਉਹੀ ਸੇਮ ਫਾਰਮ ਹੋ ਗਈ ਸਪੈਸ਼ਲਾਈਜੇਸ਼ਨ ਉਹ ਆਪਾਂ ਪਰਸਨ ਨੂੰ ਹੀ ਪ੍ਰੈਜ਼ੈਂਟ ਕਰ ਦਿੰਦੇ ਆ ਉਸ ਪ੍ਰੋਸੈਸ ਨੂੰ ਕਿ ਹਾਂ ਇਹ ਦੀ ਜਿਹੜੀ ਮਾਸਟਰ ਹੈ ਦੀ ਸਪੈਸ਼ਲਾਈਜੇਸ਼ਨ ਹੈ ਉਹ ਇਸ ਫੀਲਡ ਦੇ ਵਿੱਚ ਹੈ ਠੀਕ ਹੈ ਜੀ ਸੋ ਉਹ ਸਪੈਸ਼ਲਾਈਜੇਸ਼ਨ ਹੋ ਗਿਆ ਉਹ ਕੀ ਹੋ ਗਈ ਇੱਕ ਪ੍ਰੋਸੈਸ ਹੋ ਗਈ ਸੋ ਸਪੈਸ਼ਲੀ ਤੇ ਅਸਪੈਸ਼ਲੀ ਐਕਸਪੈਸ਼ਲੀ ਅਸਪੈਸ਼ਲੀ ਹੁੰਦਾ ਸਪੈਸ਼ਲੀ ਇੱਥੇ ਜਿਹੜੇ ਸਪੈਲਿੰਗਸ ਨੇ ਉਹ ਸੈਕਿੰਡ ਦੇ ਗਲਤ ਨੇ ਐਕਸ ਨਹੀਂ ਹੁੰਦਾ ਬਾਕੀ ਸਾਰੇ ਸਪੈਲਿੰਗ ਠੀਕ ਨੇ ਅਸਪੈਸ਼ਲੀ ਸਪੈਸ਼ਲੀ ਦੇ ਠੀਕ ਨੇ ਜਸਟ ਈ ਐਸ ਆਣਾ ਨਾ ਕਿ ਐਕਸ ਆਊਗਾ ਹੁਣ ਦੇਖੋ ਸਪੈਸ਼ਲੀ ਤੇ ਅਸਪੈਸ਼ਲੀ ਦੇ ਈ ਲੱਗਣ ਦੇ ਨਾਲ ਇਹੋ ਜਿਹਾ ਫਰਕ ਕੀ ਪੈ ਗਿਆ કે મિનિંગ એ ચેન્જ હોગા મિનિંગ કુછ નહીં ચેન્જ હોયા બસ જેڑا સ્પેશિયલી હોnda કે આપા સ્પેશિયલી એ ચીઝ ਕਿਸੇ પર સં ਕਿਸ સ્પેશિયલ રીઝન કરકે કર રહ્યા ઠીક હે જી સ્પેશિયલી ਕੀ હોગા કે કોઈ ચીઝ પાર્ટિક્યુલર હે હા ના ઓ ચીઝ આપા કહે રહે કે સ્પેશિયલી એ ચીઝ એ દે લાઈ ડિઝાઇન કીતી ગયા સ્પેશિયલી થોડા જ આપા કહે દેને કે પાર્ટિક્યુલર કોઈ ચીઝ હો જંદી આ નોટ અબાઉટ ધ રીઝન ઓ ચીઝ કી હી રિલેટ કરોગી સ્પેશિયલી ઓ હો રીઝન દે ના રિલેટ કરોગી

sinenum of brisk dekho brisk ka ki hoga ek hi karan ne cheeti cheeti kise cheez to bhajre ne ho sakta ki te chori karan gaye hon ha na uttho phad liya hoga bhajlo 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 ha na ki te phade na jaiye ta brisk dekho tusi andaaza is photo nu dekh ke laga sakde ho ki quick ha na koi cheez quickly quick karna teejje de naal karna cheeti cheeti karna ta usnu tusi ki kahoge brisk kahoge ta right answer is your option number 1 ब्राइट नहीं होगा कोई चीज ब्राइटनेस अपर लेट कर लें कि हाँ ब्राइट ठीक है जी पजल्ड पजल्ड भी नहीं होगा हम आप कह नहीं सकते कि एक्टिव ने तो देखो इन्होंने दे फेस से लिखा होगा कि तो बच रहे हैं छेती छेती भज रहे हैं तो दैट मीनस क्विक इज योर राइट आंसर ऑप्शन नंबर वन इज योअर राइट आंसर क्लीयर एवरी वन जो है तो एक बार कमेंट बॉक्स लिख के दसो ਨਾਲਾ ਲਿਖੇ ਜਾਇਆ ਕਰੋ ਯਾਰ ਕਿਉਂਕਿ ਲਿਖਣ ਦੇ ਨਾਲ ਕੀ ਹੋ ਜਾਂਦਾ ਥੋੜਾ ਜਿਹਾ ਕਨਸੈਪਟ ਜ਼ਿਆਦਾ ਕਲੀਅਰ ਹੋ ਜਾਂਦੇ ਤੇ ਉੱਥੇ ਇੱਥੇ ਹੀ ਤੁਹਾਡੇ ਯਾਦ ਹੋ ਜਾਂਦੇ ਨੇ ਇਹਦਾ मीनिंग ਇਨਾਂਕ ਹੁੰਦਾ ਕਿ ਲਿਖਣ ਦਾ ਕੋਈ ਹੋਰ ਰੀਜ਼ਨ ਨਹੀਂ ਹੁੰਦਾ ਕਮੈਂਟ ਬਾਕਸ ਵਿੱਚ ਕਿ ਮੈਨੂੰ ਕਮੈਂਟਸ ਦੀ ਜ਼ਿਆਦਾ ਹੈ ਹਨਾ ਉਹਦੇ ਨਾਲ ਕੀ ਹੈ ਜਿਹੜੇ ਵਰਡਸ ਨੇ ਜੇ ਤੁਹਾਡੇ ਇੱਕ ਵਾਰ ਲਿਖੇ ਗਏ ਨਾ ਇੱਕ ਵਾਰ ਕੰਨਾਂ 'ਚ ਪੈਂਦੇ ਨੇ ਇੱਕ ਵਾਰ ਲਿਖੇ ਜਾਂਦੇ ਨੇ ਹੱਥ ਦੇ ਥਰੂ ਹਨਾ ਲਿਖੇ ਗਈ ਚੀਜ਼ ਤਾਂ ਉਹਨਾਂ ਨਾਲ ਥੋੜਾ ਜਿਹਾ ਚੀਜ਼ ਹੋ ਜਾਂਦੀ ਹੈ ਕਿ ਤੁਹਾਡੇ ਆਪ ਦੇ ਸੁਣ ਵੀ ਲਿਆ

ਕਈ ਪੋਇਮਾਂ ਐ ਪੋਇਮਜ਼ ਦੇ ਵਿੱਚ ਸਾਰਾ ਕੁਝ ਲਿਖਿਆ ਤਾਂ ਉਹਦਾ ਸੰਮੇਂ ਮਤਲਬ ਉਹਨੂੰ ਉਹਨੇ ਕਿਹਾ ਕਿ ਉਸ ਚੀਜ਼ ਨੂੰ ਸਾਰਾ ਸਮਰੀਸ ਕਰ ਦੋ ਨੈਕਸਟ ਐ ਰੈਡਿਕੁਲਸ ਰੈਡਿਕੁਲਸ ਕੀ ਹੋਗਾ ਕਿ ਕੋਈ ਬਹੁਤ ਹੀ ਜ਼ਿਆਦਾ ਫੂਲਿਸ਼ ਆਪਾਂ ਕਹਿੰਦੇ ਕਿ ਹਰਕਤ ਓ ਮਾਈ ਗੋਡ ਰੈਡਿਕੁਲਸ ਰਾਈਟ ਸੁਣੇ ਹੋਣਗੇ ਤੁਹਾਨੂੰ ਇਦਾਂ ਦੇ ਵਰਡਸ ਰਿਸੈਪਸ਼ਨਿਸਟ ਕੀ ਹੋਗਾ ਤੁਹਾਨੂੰ ਪਤਾ ਹੈ ਕਿ ਜੋ ਪਰਸਨ ਰਿਸੈਪਸ਼ਨ ਤੇ ਬੈਠਦਾ ਡੀਲਿੰਗ ਕਰਦਾ ਜਿਹੜੇ ਵੀ ਲੋਕ ਆਉਂਦੇ ਨੇ ਆਫਿਸ ਦੇ ਵਿੱਚ ਕਹਿ ਲਓ ਕਿਸੇ ਸਕੂਲ ਦੇ ਵਿੱਚ ਕਹਿ ਲਓ ਤਾਂ ਉਸਨੂੰ ਰਿਸੈਪਸ਼ਨਿਸਟ ਕਿਹਾ ਜਾਊਗਾ ਇਨ ਹਿਊਮਨ ਯੂ ਆਲ ਨੋ ਦੈਟ ਕਲੀਅਰ एवरीवन ਸੋ ਸਪੈਲਿੰਗ ਚੈੱਕ ਕਰੋ ਕਿਹਦੇ ਸਹੀ ਨੇ ਔਰ ਕਿਹਦੇ ਗਲਤ ਨੇ ਇੱਕੋ ਹੀ ਵਰਡ ਹੈ ਜਿਹਦਾ ਸਪੈਲਿੰਗ ਗਲਤ ਨੇ ਇਸ ਦੇ ਵਿੱਚ ਜਿਹੜਾ ਸਪੈਲਿੰਗ ਗਲਤ ਹੈ ਉਹ ਹੈਗਾ ਆਪਸ਼ਨ ਨੰਬਰ 2 ਰਿਡਿਕੂਲਸ ਦੇ ਵਿੱਚ ਆਰ ਈ ਨਹੀਂ ਪੈਂਦਾ ਆਰ ਆਈ ਡੀ ਆਈ ਸੀ ਯੂ ਐਲ ਓ ਯੂ ਐਸ ਸੋ ਰਿਡਿਕੂਲਸ ਇਜ਼ ਆਰ ਆਈ ਕਲੀਅਰ एवरीवन ਰਿਡਿਕੂਲਸ ਵੈਰੀ ਫੂਲਿਸ਼ ਹਣਾ ਪਾਗਾ ਇਹ ਕੋਈ ਸਨ ਕੋਈ ਹਰਕਤ ਕੀਤੀ ਹੈ ਬਹੁਤ ਹੀ ਬੇਤੂ ਕੀ ਹਰਕਤ ਆਪਾਂ ਕਹਿੰਦੇ ਯਾਰ ਰੈਡਿਕੂਲਸ ਓ ਮਾਈ ਗਾਡ ਚਲੋ ਜੀ ਸੋ ਲੈਟਸ ਚੈੱਕ ਇਟ ਆਪਸ਼ਨ ਨੰਬਰ ਸੈਕਿੰਡ ਥੈਟ ਇਜ਼ ਰੈਡਿਕੂਲਸ ਇਜ਼ ਯੋਰ ਰਾਈਟ ਆਨਸਰ ਹੋਪ ਸੋ ਸਾਰਿਆਂ ਨੂੰ ਕਲੀਅਰ ਹੋ ਰਹੇ ਨੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਦੇ ਜ਼ਰੂਰ ਜਾਓ ਤਾਂ ਜੋ ਤੁਹਾਡੇ ਕਨਸੈਪਟ ਲਰਨ ਵੀ ਹੋ ਜਾਣ ਐਸ ਵੈਲ ਐਸ ਸਪੈਲਿੰਗਸ ਵੀ ਲਰਨ ਹੋ ਜਾਣ ਸੋ ਲੈਟਸ ਵਿਚ ਆਫ ਦਾ ਫਾਲੋਇੰਗ ਸੈਂਟੈਂਸ ਇਜ਼ ਗ੍ਰੈਮੈਟਿਕਲੀ ਕਰੈਕਟ ਓ ਮਾਈ ਗਾਡ ਗ੍ਰੈਮੈਟਿਕਲ ਕਰੈਕਟ ਆਪਾਂ ਨੇ ਸੈਂਟੈਂਸ ਦੇਖਣਾ ਹੁਣ ਜੇ ਇਦਾਂ ਦਾ ਕੁਐਸਚਨ ਆ ਜਾਦਾ ਕੀ ਕਰੋਗੇ ਇਦਾਂ ਦੇ ਕੁਐਸਚਨ ਲਈ ਤੁਹਾਨੂੰ ਪਾਰਟਸ ਆਫ ਸਪੀਚ ਆਣੇ ਜ਼ਰੂਰੀ ਨੇ ਜੇ ਪਾਰਟਸ ਆਫ ਸਪੀਚ ਆਂਦੇ ਨੇ ਇੰਨਾ ਕੁਐਸਚਨ ਦਾ ਬੇਸਿਕ ਇੱਕ ਪਾਰਟਸ ਆਫ ਸਪੀਚ ਹੀ ਹੁੰਦੇ ਨੇ ਹੁਣ ਜੇ ਤੁਹਾਨੂੰ ਪਾਰਟਸ ਆਫ ਸਪੀਚ ਜਾਂ ਟੈਂਸ ਵਗੈਰਾ ਨਹੀਂ ਆਉਂਦੇ ਤਾਂ ਤੁਸੀਂ ਕਿਵੇਂ ਪਹਿਚਾਣੋਗੇ ਕਿ ਕਿਹੜਾ ਸੈਂਟੈਂਸ ਸਹੀ ਹੈ ਕੀ ਕਰੋਗੇ ਜੀ ਮੈਡਮ ਤੁੱਕਾ ਲਾਵਾਂਗੇ ਤੁੱਕਾ ਤਾਂ ਤੁਹਾਡਾ ਕਿਤੇ ਨਾ ਕਿਤੇ ਚੱਲ ਜੂ ਪਰ ਜ਼ਰੂਰੀ ਥੋੜਿਆ ਕਿ ਤੁੱਕਾ ਹਮੇਸ਼ਾ ਚੱਲੂ ਜੇ ਆਪਾਂ ਨੇ ਨੌਕਰੀ ਲੈਣੀ ਆ ਤਾਂ ਆਪਾਂ ਨੂੰ ਕਨਸੈਪਟ ਨੇ ਜਿਹੜੇ ਕਲੀਅਰ ਕਰਨੇ ਪੈ करने क्लीर पहला देखो कि अकॉर्डिंग तो सही है या केड़ा गलत है चलो यही चूज कर लो तीन सेंटेंस गलत फाइंड आउट कर लो या फिर एक सेंटेंस सही फाइंड आउट कर लो तो को दस सैकड ने वन टू थ्री फोर फाइव सिक्स सैवन 8 9 10 ਟਾਈਮ ਓਵਰ ਹੁਣ ਟਾਈਮ ਓਵਰ ਹੋ ਚੁੱਕਿਆ लेट्स ਆਪਾ ਸਮਝਦੇ ਆ ਜਿਨ੍ਹਾਂ ਨੇ ਕੀਤਾ ਵੈਰੀ ਗੁੱਡ ਕਿਉਂਕਿ ਇਦਾਂ ਦੇ ਕੁਐਸਚਨਸ ਨਾਲ ਤੁਹਾਡੇ ਚਾਰ 에ਰਰਸ ਕਵਰ ਹੋ ਰਹੇ ਨੇ ਇਸ ਚੀਜ਼ ਦਾ ਵੀ ਧਿਆਨ ਰੱਖਿਓ ਠੀਕ ਹੈ ਜੀ ਸੋ लेट्स ਫਾਈਂਡ ਇਟ ਆਓ ਗਏ ਸੋ ਸ਼ੀ ਇਜ਼ ਇੰਟੈਲੀਜੈਂਟ ਸਟੂਡੈਂਟ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਸ਼ੀ ਇਜ਼ ਤੋਂ ਪਹਿਲਾਂ ਕੋਈ ਨਾ ਕੋਈ ਮਿਸਟੇਕ ਹੈਗੀ ਐ ਕਿ ਕੋਈ 에ਰਰ ਹੈ ਜਿਹੜਾ ਉਹ ਆਰਟੀਕਲ ਦਾ ਇੱਥੇ ਆਰਟੀਕਲ ਹੈ ਜਿਹੜਾ ਹੋਣਾ ਚਾਹੀਦਾ ਮਿਕਸ ਮਿਸ ਐਂ ਨਾਟ ਮਿਕਸ ਸੋ ਜਿਹੜਾ ਆਰਟੀਕਲ ਹੈ ਉਹ ਮਿਸ ਹੈ ਬਟ ਜਿਹੜਾ ਆਰਟੀਕਲ ਹੈ ਉਹ ਆਪਾਂ ਨੂੰ ਹੁਣ ਪਤਾ ਕਿਵੇਂ ਲੱਗੂਗਾ ਇੰਟੈਲੀਜੈਂਟ ਕੋਈ ਡੈਫੀਨੇਟ ਗੱਲ ਹੋਈ ਨਹੀਂ ਸੋ ਇਹ ਤੇ ਐਂ ਦੇ ਵਿੱਚੋਂ ਲੱਗੂਗਾ ਪਰ ਹੁਣ ਆਪਾਂ ਨੂੰ ਸਾਊਂਡ ਚੈੱਕ ਕਰਨੀ ਪਊਗੀ ਕਿ ਇੰਟੈਲੀਜੈਂਟ ਦੀ ਸਾਊਂਡ ਕਿਹੜੀ ਐ ਚਲੋ ਜੀ ਜੇ ਇੰਟੈਲੀਜੈਂਟ ਨੂੰ ਪੰਜਾਬੀ ਦੇ ਵਿੱਚ ਲਿਖ ਕੇ ਦੇਖੇ ਕੀ ਸਪੈਲਿੰਗ ਬਣਨਗੇ ਇੰਟੈਲੀ ਜੈਂਟ ਠੀਕ ਐ ਜੇ ਇੰਟੈਲੀਜੈਂਟ ਹੋ ਗਿਆ ਤਾਂ ਉਹ ਸਾਊਂਡ ਕਿਹਦੀ ਦੇ ਰਿਹਾ ਈ ਦੀ ਦੇ ਰਿਹਾ ਤਾਂ ਈ ਦੀ ਸਾਊਂਡ ਜਿਹੜਾ ਸ਼ਬਦ ਆਪਾਂ ਨੂੰ ਦੇ ਰਿਹਾ ਉਹਨੂੰ ਆਪਾਂ ਕੀ ਲਗਾਵਾਂਗੇ ਐਨ ਲਗਾਵਾਂਗੇ ਚਲੋ ਜੀ ਇੱਥੇ ਮਤਲਬ ਇਹ ਗਲਤ ਐ very good next one he is a mla of our area okay he pronoun theek lag gaya hoya helping verb theek lagi hoya a mla of our area bhi theek hai a jehda a pa kehne mla <coughs> mla nu bol ke dekho punjabi de vich m l ਸ਼ਬਦ ਹੈ ਜਿਹੜਾ ਉਹ ਆੜੇ ਤੋਂ ਸ਼ੁਰੂ ਹੋ ਰਿਹਾ ਜੇ ਉਹ ਆੜੇ ਤੋਂ ਸ਼ੁਰੂ ਹੋ ਰਿਹਾ ਆੜੇ ਦੀ ਸਾਊਂਡ ਦੇ ਰਿਹਾ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਮ ਤਾਂ ਉਹਦੇ ਮੂਰੇ ਏ ਥੋੜੇ ਲੱਗੂਗਾ ਉਹਦੇ ਮੂਰੇ ਕੀ ਲੱਗੂਗਾ ਐਨ ਲੱਗੂਗਾ ਸੋ ਇਹ ਵੀ ਆਰਟੀਕਲ ਦਾ ਹੀ 에ਰਰ ਸੀਗਾ ਤਾਂ ਮਤਲਬ ਇਹ ਵੀ ਗਲਤ ਹੈ অপਸ਼ਨ ਨੰਬਰ 1 2 ਗਲਤ ਹੋ ਗਏ ਚਲੋ ਜੀ ਨੈਕਸਟ ਹੈ ਵਾਟ ਸોર્ટ ਆਫ ਮੈਨ ਹੀ ਇਜ਼ ਵਾਟ ਸોર્ટ ਆਫ ਮਨ ਹੀ ਇਜ਼

the sheep are grazing on the field ਅਗਰ ਆਪਾਂ ਕਹੀਏ ਕਿ ਪਲੂਰਲ ਹੈ ਜਿਹੜਾ ਸ਼ੀਪ ਹੁੰਦਾ ਹੈ ਤੇ ਵੀ ਗਲਤ ਹੋ ਗਿਆ ਤਾਂ ਮਤਲਬ ਫਰਸਟ ਸੈਕਿੰਡ ਐਂਡ ਫੋਰਥ ਤੁਹਾਡੇ ਕੀ ਨੇ ਇਨਕਰੈਕਟ ਨੇ ਤਾਂ ਆਬਵੀਅਸਲੀ ਆਪਾਂ ਥਰਡ ਕਹਿ ਦਿੱਤਾ ਕਿ ਥਰਡ ਤੁਹਾਡਾ ਕੀ ਹੈ ਸਹੀ ਹੈ ਤਾਂ ਆਪਸ਼ਨ ਨੰਬਰ ਥਰਡ ਇਜ਼ ਯੋਰ ਰਾਈਟ ਆਨਸਰ ਕਲੀਅਰ एवरीवन ਸੋ ਆਪਸ਼ਨ ਨੰਬਰ ਥਰਡ ਹੇਅਰ what sort of man he is everything is right in that sentence jo first second ya oh de vich article da error si ga dhyan rakhya karo article de error ta bahut hi bagya di winning hai na bahut hi easily ho jande ne ta concept thode je clear hone chahiye ne kai log bacche na ki hunde kai students confused a cheez ho jande ne ki a an a i o u vowel sound hai na vowel de vich apa ohna de agge lagande but kai vowels sound te apa hamesha focus karna hai ना के वोवल वर्ड्स है ना अल्फाबेट्स ए ई आई ओ यू पे नहीं फोकस करना वी हैव टू फोकस ऑन साउंड शब्द दी साउंड पे फोकस करोगे दैट मींस तुसी करेक्ट पढ़ रहे हो ते तोडी जड़ी तैयारी है सही हो रही है साउंड पे फोकस करना है क्लियर एवरीवन सो नेक्स्ट वन वी हैव सिनोनिम ऑफ पेल सिनोनिम ऑफ पेल देखो ਆ ਕੀ ਹੈ ਮੈਨੂੰ ਤਾਂ ਬਾਲਟੀ ਲੱਗ ਰਹੀ ਹੈ ਠੀਕ ਹੈ ਜੇ ਕਿਸੇ ਹੋਰ ਨੂੰ ਲੱਗ ਰਿਹਾ ਹੋਊਗਾ ਕੁਝ ਆਪਾਂ ਕਈ ਵਾਰ ਰੈਸਟੋਰੈਂਟਸ ਦੇਖਦੇ ਹੁੰਨੇ ਨਾ ਕਿ ਉਹ ਬਾਲਟੀ ਦੇ ਵਿੱਚ ਸਬਜੀ ਲੈ ਕੇ ਆਉਂਦੇ ਹੁੰਦੇ ਆ ਉਹ ਕੀ ਹੁੰਦਾ ਜਦੋਂ ਆਪਾਂ ਪੈਨ ਐਵੇਂ ਆ ਕੋਈ ਚਮਚਾ ਐਵੇਂ ਡਿਪ ਕਰਕੇ ਚਮਚਾ ਅੱਧਾ ਵੀ ਨਹੀਂ ਜਾਂਦਾ ਇੱਥੇ ਰਹਿ ਜਾਂਦਾ ਉਹ ਮਤਲਬ ਸਬਜੀ ਸਿਰਫ ਉਹ ਚ ਇੰਨੀ ਕੀ ਹੁੰਦੀ ਆ ਕਿ ਉਹ ਬਾਲਟੀ ਨੂੰ ਐਵੇਂ ਦਿਖਾਇਆ ਹੁੰਦਾ ਕਿ ਬਹੁਤ ਜ਼ਿਆਦਾ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੇਲ ਆ ਦੇਖੋ ਪੇਲ ਕੀ ਇੱਕ ਬਾਲਟੀ ਹੈ ਤਾਂ ਹੁਣ ਇਹਦੇ ਵਿੱਚੋਂ ਬਾਲਟੀ ਦੀ ਇੰਗਲਿਸ਼ ਪਛਾਣਨੀ ਆਪਾਂ ਨੇ ਹੁਣ ਮੱਗ ਚਾਹ ਪੀਣ ਵਾਲਾ ਮੱਗ ਤਾਂ ਆਪਾਂ ਕਹਿ ਨਹੀਂ ਰਹੇ ਹੈਗੇ ਕਨਟੇਨਰ ਕਨਟੇਨਰ ਦੀ ਵੀ ਕਨਟੇਨਰ ਹੋ ਸਕਦਾ ਹੈ ਨਾ ਕਨਟੇਨਰ ਨਹੀਂ ਹੋ ਸਕਦਾ ਇਹ ਸਿੱਧਾ ਜਦੋਂ ਲਿਖਿਆ ਹੈ ਬੱਕਟ ਤਾਂ ਬੱਕਟ ਕੀ ਹੁੰਦੀ ਹੈ ਬਾਲਟੀ ਹੁੰਦੀ ਹੈ ਤਾਂ ਆਪਸ਼ਨ ਨੰਬਰ 3 ਹੈ ਜਿਹੜਾ ਤੁਹਾਡਾ ਵੈਸਲ ਵੀ ਨਹੀਂ ਹੋ ਸਕਦਾ ਕਿਉਂਕਿ ਡਾਇਰੈਕਟ ਆਨਸਰ ਆਪਣੇ ਕੋਲ ਕੀ ਹੈ ਬਾਲਟੀ ਦਾ ਬੱਕਟ ਆਨਸਰ ਪਿਆ ਹੈ ਕਲੀਅਰ एवरीवन ਜੇ ਕਲੀਅਰ ਹੈ ਤਾਂ ਜਲਦੀ ਜਲਦੀ ਇੱਕ ਵਾਰ ਥੰਬਸ ਅਪ ਜ਼ਰੂਰ ਕਰ ਦਿਓ ਸੋ ਚਲੋ ਜੀ ਨੈਕਸਟ ਕੁਐਸਚਨ ਵੱਲ ਚਲੋ ਜੀ ਸੋ ਆਪਸ਼ਨ ਨੰਬਰ 3 ਇਜ਼ ਯੂਅਰ ਰਾਈਟ ਆਨਸਰ ਚਲੋ ਕਿਨੂ ਕਿਨੂ ਵੈਸਲ ਤੇ ਕੰਟੇਨਰ ਦੇ ਵਿੱਚ ਡਿਫਰੈਂਸ ਪਤਾ ਤਾਂ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋ ਵੈਸਲ ਐਂਡ ਕੰਟੇਨਰ ਕੀ ਹੋਊਗਾ ਕੀ ਇਹ ਸੇਮ ਨੇ ਜਾਂ ਕੀ ਡਿਫਰੈਂਟ ਨੇ ਰਾਈਟ ਇਨ ਦਾ ਕਮੈਂਟ ਬਾਕਸ ਚਲੋ ਜੀ ਨੈਕਸਟ ਵਨ ਆਈ ਐਮ ਵੈਰੀ ਮੱਚ ਪਲੀਜ਼ਡ ਟੂ ਸੀ ਯੂਅਰ ਹੇਅਰ ਟੂਡੇ ਵੈਰੀ ਮੱਚ ਪਲੀਜ਼ਡ ਮੈਂ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬਹੁਤ ਵੈਰੀ ਮੱਚ ਖੁਸ਼ੀ ਹੁੰਦੀ ਹੈ ਮੈਨੂੰ ਕਿ ਤੁਸੀਂ ਮੇਰੀ ਕਲਾਸ ਲਾਉਣ ਆ ਰਹੇ ਹੋ ਪਰ ਵੈਰੀ ਮੱਚ ਖੁਸ਼ੀ ਥੋੜੀ ਜੀ ਆਪਾਂ ਕਹਿਦੇ ਨਾ ਫਿੱਕੀ ਪੈ ਜਾਂਦੀ ਹੈ ਜਦੋਂ ਤੁਸੀਂ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਨਹੀਂ ਕਰਦੇ ਤਾਂ ਵੈਰੀ ਮੱਚ ਪਲੀਜ਼ ਹਨਾ ਮੈਂ ਮੈਂ ਵੀ ਵੈਰੀ ਮੱਚ ਖੁਸ਼ ਹੋਣਾ ਚਾਹੁੰਦੀ ਹਾਂ ਤੁਸੀਂ ਮੇਰੀ ਕਲਾਸ ਦੇ ਵਿੱਚ ਡੇਲੀ ਆਇਆ ਕਰੋ ਤਾਂ ਜੋ ਤੁਸੀਂ ਇੱਥੇ ਕੁਝ ਸਿੱਖ ਕੇ ਹੀ ਜਾਓਗੇ ਪਰ ਥੋੜਾ ਦਾ ਸੈਸ਼ਨ ਨੂੰ ਸ਼ੇਅਰ ਕਲਾਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਜੀ ਪਰ ਆਪਾਂ ਕਹਿੰਦੇ ਹੁਣ ਮੈਂ ਵੈਰੀ ਮੱਚ ਵੈਰੀ ਮੱਚ ਪਲੀਜ਼ ਤਾਂ ਕਹੀ ਜਾ ਰਹੀਆਂ ਹਾਂ

ਨਾਟ ਮਚ ਮਚ ਨਹੀਂ ਆਊਗਾ ਇੱਥੇ ਵੈਰੀ ਪਲੇਜ਼ਿੰਗ ਟੂ ਸੀ ਯੂ ਹੇਅਰ ਟੂਡੇ ਕਲੀਅਰ एवरीवन ਜੇ ਇਹਨੂੰ ਇਹਦੇ ਵਿੱਚ ਕਿਸੇ ਨੂੰ ਡਾਊਟ ਹੈ ਤਾਂ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਤਾਂ ਜੋ ਆਪਾਂ ਡਾਊਟ ਨੂੰ ਕਲੀਅਰ ਕਰ ਲਾਂਗੇ ਚਲੋ ਜੀ ਨੈਕਸਟ ਸੈਂਟੈਂਸ ਵਾਲ ਨੈਕਸਟ ਐਰਰ ਜਾਂ ਨੈਕਸਟ ਕੁਐਸਚਨ ਵਾਲ ਆਪਾਂ ਵਧਦੇ ਆ ਨੈਕਸਟ ਵੀ ਹੈਵ ਸਿਨੋਨਿਮ ਡਾਇਲੇਟ ਡਾਇਲੇਟ ਕੀ ਹੋਊਗਾ देखो की वो फ्रस्ट्रेट होगा कॉन्ट्रैक्ट होगा ये एक्सपैंड होगा या रोटेट होगा लेट्स से इट देखो इस फोटो ਦੇ ਵਿੱਚ ਤੁਹਾਨੂੰ ਕੀ ਦਿਖ ਰਿਹਾ ਹੈ ਕਿ ਕਿਸੇ ਚੀਜ਼ ਨੂੰ ਦੇਖੋ ਆਪਾਂ ਕਹਿ ਰਹੇ ਨਾ ਮੈਂ ਇੱਥੇ ਕਹਿਣ ਦਾ ਮਤਲਬ ਸਿਰਫ ਫੋਟੋ ਦਿਨ ਹੈ ਕਿ ਕਿਸੇ ਚੀਜ਼ ਨੂੰ ਮੈਂ ਹਰ ਇੱਕ ਸਾਈਡ ਤੋਂ ਵਧਾ ਰਹੀ ਹਾਂ ਤਾਂ ਹਰ ਇੱਕ ਸਾਈਡ ਤੋਂ ਜਦੋਂ ਆਪਾਂ ਕਿਸੇ ਚੀਜ਼ ਨੂੰ ਵਧਾ ਰਹੇ ਹਾਂ ਦੈਟ ਇਜ਼ ਨੋਨ ਐਸ ਡਾਇਲੇਟ ਮਤਲਬ ਕਿਸੇ ਚੀਜ਼ ਨੂੰ ਐਕਸਪੈਂਡ ਕਰਨਾ ਐਕਸਪੈਂਡ ਮਤਲਬ ਵੱਡਾ ਕਰਨਾ ਹੈ ਹਨਾ ਜੇ ਆਪਾਂ ਕਹਿ ਦਈਏ ਆਪਣੇ ਕੋਲ ਕਲੇ ਹੈ ਤਾਂ ਕਲੇ ਨੂੰ ਆਪਾਂ ਕੀ ਕਰਦੇ ਆ ਪ੍ਰੈਸ ਕਰੀ ਜਾਵਾਂਗੇ ਜਿੰਨੀ ਉਹਦੇ ਚ ਆਪਾਂ ਕਹਿੰਦੇ ਆ ਕਿ ਹੁੰਦੀ ਹੈ ਕੈਪੇਬਿਲਟੀ ਉਨੀ ਜਿਆਦਾ ਪ੍ਰੈਸ ਹੋਈ ਜਾਂਦੀ ਆ ਤਾਂ ਆਪਾਂ ਉਹਨੂੰ ਕੀ ਕਰ ਰਹੇ ਆ ਐਕਸਪੈਂਡ ਕਰ ਰਹੇ ਆ ਵੱਡਾ ਕਰ ਰਹੇ ਆ ਤਾਂ ਐਕਸਪੈਂਡ ਕਰਨਾ ਇਜ਼ ਯੂਅਰ ਰਾਈਟ ਆਨਸਰ ਡਾਇਲੇਟ অপਸ਼ਨ ਨੰਬਰ 3 ਇਜ਼ ਯੂਅਰ ਰਾਈਟ ਆਨਸਰ ਸੋ ਹੋਪਸ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਗਾ ਕਿ ਡਾਇਲੇਟ ਦਾ मीनिंग ਕੀ ਹੋ ਗਿਆ ਫੋਟੋ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਂ ਚਾਰਾ ਹਿੱਸਿਆਂ ਤੋਂ ਆਪਾਂ ਉਸ ਚੀਜ਼ ਨੂੰ ਵਧਾ ਰਹੇ ਹਾਂ ਐਕਸਪੈਂਡ ਕਰ ਰਹੇ ਹਾਂ ਕਲੀਅਰ ਐਵਰੀਵਨ ਸੋ ਆਪਸ਼ਨ ਨੰਬਰ 3 ਇਜ਼ ਯੂਰ ਰਾਈਟ ਆਂਸਰ ਸੋ ਫਰਸਟ੍ਰੇਟ ਫਰਸਟ੍ਰੇਟ ਦਾ ਤਾਂ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਕਿਉਂ ਨਹੀਂ ਹੈਗਾ ਕਿਉਂਕਿ ਫਰਸਟ੍ਰੇਟ ਹੋਊਗਾ ਕਿ ਹਾਂ ਇਰੀਟੇਟ ਕਰਨਾ ਮੈਨੂੰ ਫਰਸਟ੍ਰੇਟ ਨਾ ਕਰ ਉਸ ਤੋਂ ਬਾਅਦ ਕੰਟ੍ਰੈਕਟ ਕੀ ਹੋਗਾ ਸਿਨਿਮ ਹੋਊਗਾ ਕੰਟ੍ਰੈਕਟ ਕੀ ਹੋਊਗਾ ਇਹੀ ਜਿਹੜੇ ਐ एरो ਨੇ ਨਾ ਇਹ ਅੰਦਰ ਨੂੰ ਕਿ ਕਿਸੇ ਚੀਜ਼ ਨੂੰ ਸੰਗੜਾਉਣਾ ਕਿਸੇ ਚੀਜ਼ ਨੂੰ ਘਟਾਉਣਾ ਸੰਗੜਨਾ ਤਾਂ ਕੰਟਰੈਕਟ ਕਰਨਾ ਅੰਦਰ ਨੂੰ ਘਟਾਉਣਾ ਠੀਕ ਹੈ ਜੀ ਐਕਸਪੈਂਡ ਆਪਾਂ ਸਮਝ ਚੁੱਕੇ ਆਂ ਤੇ ਰੋਟੇਟ ਹੈ ਰੋਟੇਟ ਕਿਸੇ ਚੀਜ਼ ਨੂੰ ਘਮਾਉਣਾ ਤਾਂ ਇਥੇ ਘਮਾਉਣ ਦੀ ਗੱਲ ਕੋਈ ਵੀ ਨਹੀਂ ਚੱਲ ਰਹੀ ਕਲੀਅਰ ਜੀ ਸਾਰਿਆਂ ਨੂੰ ਕਲੀਅਰ ਹੈ ਚਲੋ ਨੈਕਸਟ ਕੁਐਸਚਨ ਵੱਲ ਆਪਾਂ ਚੱਲਦੇ ਆਂ ਕਲੀਅਰ एवरीवन ਹੋਪ ਸੋ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇ ਚਲੋ ਜੀ ਨੈਕਸਟ ਵਨ ਵੀ ਹੈਵ

ਏ ਕਵੈਸ਼ਨ ਟੈਗ ਦਾ ਕਵੈਸ਼ਨ ਹੈ ਤਾਂ ਕਵੈਸ਼ਨ ਟੈਗ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੇ ਸੈਂਟੈਂਸ ਦੇ ਵਿੱਚ ਪੋਜ਼ਿਟਿਵ ਗੱਲ ਚੱਲ ਰਹੀ ਹੈ ਜੇ ਪੋਜ਼ਿਟਿਵ ਗੱਲ ਚੱਲ ਰਹੀ ਹੈ ਤਾਂ ਜਿਹੜਾ ਆਪਣਾ ਕਵੈਸ਼ਨ ਟੈਗ ਹੋਊਗਾ ਦੈਟ ਸ਼ੁਡ ਬੀ ਨੈਗੇਟਿਵ ਜੇ ਸੈਂਟੈਂਸ ਦੇ ਵਿੱਚ ਨੈਗੇਟਿਵ ਹੈ ਤਾਂ ਸੈਕੰਡ ਜਿਹੜਾ ਪਾਰਟ ਹੈ ਦੈਟ ਸ਼ੁਡ ਬੀ ਪੋਜ਼ਿਟਿਵ ਤਾਂ ਹੁਣ ਦੇਖੋ ਕੀ ਕਿਹਾ ਗਿਆ has ਪਹਿਲਾਂ ਤਾਂ ਵਰਬ ਹਮੇਸ਼ਾ ਸੇਮ ਰਹਿੰਦੀ ਹੁੰਦੀ ਹੈ ਵਰਬ ਚੇਂਜ ਨਹੀਂ ਹੋਗੀ ਇਸ ਚੀਜ਼ ਤੋਂ ਹੀ ਪਤਾ ਲੱਗ ਗਿਆ ਕਿ ਹੈਡ ਤੇ ਹੈਡ ਤੇ ਕੋਈ ਇੰਪਰੂਵਮੈਂਟ ਦਾ ਤਾਂ ਫਰਕ ਪੈਣਾ ਹੀ ਨਹੀਂ ਤਾਂ ਮਤਲਬ ਕੀ ਆ ਗਿਆ ਹੈਜ਼ਨਟ ਹੀ ਤੁਹਾਡਾ ਸਹੀ ਆਨਸਰ ਹੈ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਕਿ ਐਮ ਐਸ ਦੋਨੀ ਹੈਜ਼ ਰਿਟਾਇਰਡ ਫਰਮ ਇੰਟਰਨੈਸ਼ਨਲ ਕ੍ਰਿਕਟ ਵਿਦ ਇਮੀਡੀਏਟ ਇਫੈਕਟ ਹਨਾ ਕਿ ਰਿਟਾਇਰ ਕਰਤਾ ਸੀ ਇਮੀਡੀਏਟ ਇਫੈਕਟ ਨਾਲ ਤਾਂ ਫਿਰ ਆਪਾਂ ਇਹ ਥੋੜੇ ਕਹਾਂਗੇ ਕਿ ਕੀ ਸਹੀ ਹਨਾ ਯਾ ਆਪਾਂ ਕਹੀਏ ਮੈਂ ਤੁਹਾਨੂੰ ਕਹਿ ਰਹੀ ਆ ਤੁਸੀਂ ਡੇਲੀ ਪੜ੍ਹਦੇ ਹੋ ਨਹੀਂ ਪੜ੍ਹਦੇ ਕੀ

ਠੀਕ ਹੈ ਕਲੀਅਰ ਤਾਂ ਹਮੇਸ਼ਾ ਇਸ ਕਨਸੈਪਟ ਨੂੰ ਧਿਆਨ ਰੱਖਿਆ ਕਰੋ ਕਿ ਜੋ ਕੁਐਸਚਨ ਟੈਗ ਹੈ ਪੋਜੀਟਿਵ ਸੈਂਟੈਂਸ ਦੇ ਵਿੱਚ ਹੈ ਕਦੇ ਵੀ ਜਿਹੜਾ ਉਹਦੀ ਹੈਲਪਿੰਗ ਵਰਬ ਹੈ ਜੇ ਆਪਾਂ ਹੈਜ਼ ਹੈ ਤਾਂ ਹੈਜ਼ ਦੀ ਫਾਰਮ ਦੇ ਵਿੱਚ ਹੀ ਰਹੋਗੇ ਹੈਡ ਦੇ ਵਿੱਚ ਚੇਂਜ ਨਹੀਂ ਹੋਊਗਾ ਇਜ਼ ਐਮ ਆਰ ਦੇ ਵਿੱਚ ਚੇਂਜ ਨਹੀਂ ਹੋਊਗਾ ਥੈਟ ਸ਼ੁੱਡ ਬੀ ਸੇਮ ਹਮੇਸ਼ਾ ਸੈਂਸ ਚੇਂਜ ਹੋ ਜਾਂਦੀ ਹੈ ਦੇ ਉੱਤੇ ਹੈਜ਼ ਨਾਟ ਆਨ ਦਾ ਤਾਂ ਇੱਥੇ ਹੈਜ਼ ਹੀ ਸਹੀ ਸੀਗਾ ਠੀਕ ਹੈ ਜੀ ਤਾਂ ਇਸ ਸੈਂਟੈਂਸ ਨੂੰ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਜ਼ਰੂਰ ਪੜਿਓ ਤਾਂ ਜੋ ਇਹ ਚੀਜ਼ ਤੁਹਾਡੇ ਯਾਦ ਰਹੇ ਸੋ অপਸ਼ਨ ਨੰਬਰ 1 ਇਜ਼ ਯਰ ਰਾਈਟ ਆਂਸਰ ਯੂ ਕੈਨ ਸੀ ਓਨ ਯਰ ਸਕਰੀਨ ਕਿ অপਸ਼ਨ ਨੰਬਰ 1 ਹੈ ਜਿਹੜਾ ਹੈਜ਼ਨਟ ਹੀ ਉਹ ਤੁਹਾਡਾ கரੈਕਟ ਆਂਸਰ ਹੈ ਕਲੀਅਰ एवरीवन ਚਲੋ ਜੀ ਨੈਕਸਟ ਕੁਐਸਚਨ ਵੱਲ ਆਪਾਂ ਚੱਲਦੇ ਹਾਂ ਨੈਕਸਟ ਵੀ ਹੈਵ ਸਿਨੋਨਿਮ ਪਬਲਿਸਾਈਜ਼ ਪਬਲਿਸਾਈਜ਼ ਕਰਨਾ ਕਿਸੇ ਚੀਜ਼ ਨੂੰ ਪਬਲਿਕਲੀ ਕਰਨਾ ਆਪਾਂ ਕਹਿੰਦੇ ਆ ਕਿ ਹੁਣ ਦੇਖੋ ਤੁਹਾਡੇ ਅੰਕੁਸ਼ ਸਰਦੀ ਬੁੱਕ ਲਾਂਚ ਹੋਈ ਸੀ ਪੰਜਾਬ ਵੱਡਾ ਤੇ ਪਹਿਲਾ ਗਗਨ ਸਰਦੀ ਬੁੱਕ ਲਾਂਚ ਹੋਈ ਸੀ ਉਸ ਬੁੱਕ ਲਾਂਚ ਤੋਂ ਪਹਿਲਾਂ ਕੀ ਕੀਤਾ ਗਿਆ ਸੀ ਕਿ ਜਿਹੜਾ ਬੁੱਕ ਲਾਂਚ ਦਾ ਆਈਡੀਆ ਸੀ ਉਹਨੂੰ ਪਹਿਲਾਂ ਕੀ ਕੀਤਾ ਗਿਆ ਸੀ ਦੋਨੋਂ ਬੁੱਕਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਨਾ ਕਿ ਕਿਸੇ ਚੀਜ਼ ਦੇ ਕਿਸੇ ਆਈਡੀਏ ਨੂੰ ਪ੍ਰਮੋਟ ਕੀਤਾ ਜਾਂਦਾ ਤਾਂ ਆਪਾਂ ਉਹਨੂੰ ਕਹਿੰਦੇ ਕਿ ਪਬਲਿਕਲੀ ਆਪਾਂ ਨੇ ਇਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਨਾ ਤਾਂ ਆਪਾਂ ਐਵੇਂ ਐਵੇਂ ਟੈਕਨੀਕਸ ਬਣਾਉਣੇ ਆ ਤੁਸੀਂ ਬਹੁਤ ਦੇਖੇ ਹੋਣਗੇ ਸ਼ਾਰਟਸ ਹਨ ਤਾਂ ਉਹ ਇੱਕ ਚੀਜ਼ ਕੀ ਹੁੰਦਾ ਕਿ ਪ੍ਰਮੋਟ ਕਰ ਰਹੇ ਆ ਆਪਣਾ ਜਿਹੜਾ ਆਈਡੀਆ ਹੈ ਉਸ ਆਈਡੀਏ ਨੂੰ ਪ੍ਰਮੋਟ ਕਰ ਰਹੇ ਆ ਤਾਂ ਪਬਲਿਸਾਈਜ਼ ਦਾ ਮਤਲਬ ਹੁਣ ਇਹ ਤਾਂ ਹੈ ਨਹੀਂਗਾ ਕਿ ਪ੍ਰਾਈਵੇਟ ਚ ਪ੍ਰਮੋਟ ਕਰ ਰਹੇ ਆ ਪਬਲਿਕ ਦੇ ਵਿੱਚ ਹੀ ਤਾਂ ਪ੍ਰਮੋਟ ਕਰਾਂਗੇ ਤਾਂ ਜੇ ਚੀਜ਼ ਕੋਈ ਪਬਲਿਕ ਦੇ ਵਿੱਚ ਆਪਾਂ ਪ੍ਰਮੋਟ ਕਰਦੇ ਆ 댓 ਮੀਨਸ ਉਹ ਪਬਲਿਸੀਜ਼ ਹੋ ਗਿਆ ਤਾਂ ਦੱਸੋ ਜੀ ਕਿਹੜੀ ਚੀਜ਼ ਕਿਹੜਾ ਆਨਸਰ ਹੋਊਗਾ ਇਥੋਂ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖੋ ਸਾਇਲੈਂਸ ਤਾਂ ਹੋ ਨਹੀਂ ਸਕਦਾ ਵੈਰੀ ਫਰਸਟ ਆਪਸ਼ਨ ਐ ਸਾਇਲੈਂਸ ਨਹੀਂ ਹੋਗਾ ਤੁਹਾਡਾ ਚਲੋ ਜੀ ਜਲਦੀ ਜਲਦੀ की प्रो मुलगेट ਹੋਗਾ ਠੀਕ ਹੈ ਜੀ ਜਾਂ ਡਿਸਐਮੀਨੇਟ ਹੋਗਾ ਜਾਂ ਵਿਦਹੋਲਡ ਹੋਊਗਾ ਦੇਖੋ ਡਿਸਐਮੀਨੇਟ ਹੋਗਾ ਕਿ ਕਿਸੇ ਚੀਜ਼ ਨੂੰ ਵਾਈਡਲੀ ਵੱਡੇ ਲੈਵਲ ਤੇ ਸਪਰੈਡ ਕਰਨਾ ਕੋਈ ਵੀ ਇਨਫੋਰਮੇਸ਼ਨ ਹੈ ਹਣਾ ਪਹੁੰਚਾਉਣੀ ਤਾ ਅੱਜ ਆਪਾਂ ਕਹੀਏ ਵੀ ਥੋੜਾ ਜਿਹਾ ਉਹ ਨਾਲ ਵਰਡ ਆਪਾਂ ਪ੍ਰਮੋਟ ਦੀ ਗੱਲ ਕਰ ਰਹੇ ਹਾਂ ਕਿਸੇ ਆਈਡੀਆ ਨੂੰ ਪ੍ਰਮੋਟ ਦੀ ਗੱਲ ਕਰ ਰਹੇ ਹਾਂ ਤਾਂ ਉਹਦਾ ਥੋੜਾ ਜਿਹਾ ਆਪਾਂ ਕਿ ਸਪਰੈਡ ਕਰਨੀ ਇਨਫੋਰਮੇਸ਼ਨ ਦੇਣੀ ਹਨਾ ਇੱਕ ਤੋਂ ਦੂਜੇ ਤੋਂ ਦੂਜੇ ਤੋਂ ਤੀਜੇ ਇਨਸਾਨ ਤੱਕ ਪਹੁੰਚਾਉਣੀ ਆਪਾਂ ਕਹਿੰਦੇ ਆ ਕਿ ਅੱਜ ਕਲਾਸ ਦੇ ਵਿੱਚ ਕੀ ਕਰਾਇਆ ਗਿਆ ਅਸ ਤਾਂ ਤੁਹਾਨੂੰ ਜਿਹੜਾ ਹੋਮਵਰਕ ਹੈ ਜ ਜੋ ਵੀ ਤੁਸੀਂ ਤੁਹਾਨੂੰ ਪਤਾ ਲੱਗਦਾ ਕਿਸੇ ਫਰੈਂਡ ਤੋਂ ਤਾਂ ਕੀ ਹੋ ਰਿਹਾ ਕਿ ਸਪਰੈਡ ਹੋ ਰਹੀ ਹੈ ਕੋਈ ਚੀਜ਼ ਹਨਾ ਇੱਕ ਤੋਂ ਦੋ ਦੋ ਤੋਂ ਤਿੰਨ ਤਾਂ ਸੋ ਉਹ ਕੀ ਹੋ ਜਾਊਗਾ ਡਿਸੈਮੀਨੇਟ ਹੋ ਜਾਊਗਾ ਸੋ ਡਿਸੈਮੀਨੇਟ ਨਹੀਂ ਹੋ ਸਕਦਾ ਪ੍ਰੋਮੁਲਗੇਟ ਕੀ ਹੋਗਾ ਕੋਈ ਆ किसी चीज करना, थर्ड इज योर चलो जी विद होल्ड की होगा, विद होल्ड की होगा, होगा कि कोई चीज देन तो इनकार करना, करना, किसी चीज देन तो करना, करना, मना नॉल्ड क्लियर एवरीवन सो ऑप्शन थर्ड इज योर राइट आंसर देखो एक ही कि हां प्रमोट कर रहे हैं ਕਿ ਜਿਵੇਂ ਆਪਾਂ ਕਹਿਦੇ ਨੇ ਆਪਣੇ ਘਰਾਂ ਦੇ ਘਰ ਆਪਣੇ ਏਰੀਆ ਦੇ ਵਿੱਚ ਕੀ ਹੁੰਦਾ ਹੈ ਕਿ ਅੱਜ ਆ ਚੀਜ਼ ਹੋਊਗੀ ਹਨਾ ਉਹਦੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਪਹਿਲਾ ਪ੍ਰੋਮੋਸ਼ਨ ਸ਼ੁਰੂ ਹੋ ਜਾਂਦੇ ਆ ਕੋਈ ਮੂਵੀ ਹੋਣੀ ਆ ਜਿਹੜੀ ਸਟਾਰ ਕਾਸਟ ਹੋਊਗਾ ਕੋਈ ਵੀ ਮੂਵੀ ਦੇ ਹੋਣਗੇ ਉਹ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਜਾ ਕੇ ਆਉਂਦੇ ਨੇ ਉਸ ਆਈਡੀਆ ਨੂੰ ਫਿਲਮ ਨੂੰ ਪ੍ਰੋਮੋਟ ਕਰਦੇ ਨੇ ਤਾਂ ਤੁਸੀਂ ਉਸ ਤੋਂ ਯਾਦ ਕਰ ਸਕਦੇ ਹੋ ਪਬਲਿਸਾਈਜ਼ ਤੇ ਪ੍ਰੋਮੁਲਗੇਟ ਕੀ ਹੋਊਗਾ ਕਿ ਕਿਸੇ ਚੀਜ਼ ਨੂੰ ਆਈਡੀਆ ਨੂੰ ਸਪਰੈਡ ਕਰਨਾ

ਤਾਂ ਕੀ ਹੋਗਾ ਟੂ ਫੀਲ ਲਾਈਕ ਅ ਫਿਸ਼ ਆਊਟ ਆਫ ਵਾਟਰ ਆਪਾਂ ਕਹੀਏ ਨਾ ਚਲੋ ਮੈਂ ਇੱਕ ਚੀਜ਼ ਦੱਸੋ ਆਪਾਂ ਕਹਿੰਦੇ ਆ ਕਿ ਮਛਲੀ ਜਲ ਕੀ ਰਾਣੀ ਹੈ ਮਛਲੀ ਜੇ ਜਲਦੀ ਰਾਣੀ ਹੈ ਜੇ ਮਛਲੀ ਪਾਣੀ ਦੀ ਰਾਣੀ ਆਪਾਂ ਕਹਿ ਰਹੇ ਆ ਤਾਂ ਕੀ ਮਛਲੀ ਪਾਣੀ ਤੋਂ ਬਿਨਾ ਰਹਿ ਸਕੂਗੀ ਮਰ ਜਾਣਾ ਉਹਨੇ ਤਾਂ ਪਾਣੀ ਤੋਂ ਬਿਨੋਂ ਚੀਜ਼ ਕੀ ਹੋਊਗੀ ਪਾਣੀ ਦੇ ਵਿੱਚ ਉਹ ਕੰਫਰਟ ਫੀਲ ਕਰ ਰਹੀ ਆ ਹਨਾ ਤਾ ਪਾਣੀ ਤੋਂ ਬਾਹਰ ਉਹ ਕੀ ਕਰੂਗੀ ਤੜਫੂਗੀ ਉਹ ਕੀ ਕਰੂਗੀ ਅਨਕੰਫਰਟ ਫੀਲ ਕਰੋਗੀ ਤਾਂ ਕੋਈ ਐਦਾ ਦੀ ਸਿਚੁਏਸ਼ਨ ਜਿਹਦੇ ਵਿੱਚ ਆਪਾਂ ਫੈਮਿਲিয়ার ਨਹੀਂ ਹੈਗੇ ਤਾਂ ਜਦੋਂ ਉਹ ਫੈਮਿਲੀ ਆਪਾਂ ਨਹੀਂ ਹੈਗੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਟੂ ਫੀਲ ਲਾਈਕ ਅ ਫਿਸ਼ ਆਊਟ ਆਫ ਵਾਟਰ ਕਿ ਮਤਲਬ ਅਨਫੈਮਿਲিয়ার ਆਪਾਂ ਉਸ ਫੈਮਿਲিয়ার ਸਿਚੁਏਸ਼ਨ ਦੇ ਵਿੱਚ ਨਹੀਂ ਹੈਗੇ ਤਾਂ ਉੱਥੇ ਆਪਾਂ ਕੀ ਕਰ ਰਹੇ ਆ ਆਪਣਾ ਕੰਫਰਟ ਜਿਹੜਾ ਫੀਲ ਨਹੀਂ ਕਰ ਰਹੇ 댓 ਮੀਨਸ

ਇਸ ਯੂਅਰ ਰਾਈਟ ਆਨਸਰ ਕਲੀਅਰ एवरीवन ਸੋ ਹੋਪਸ ਸੋ ਤੁਹਾਨੂੰ ਕਲੀਅਰ ਹੋ ਰਹੇ ਨੇ ਇਹ ਚੀਜ਼ਾਂ ਟਾਈਮ ਦੇ ਨਾਲ ਹੀ ਯਾਦ ਕਰੀਆਂ ਜਾਂਦੀਆਂ ਨੇ ਜੇ ਹੁਣੇ ਯਾਦ ਕਰ ਲੋਗੇ ਤਾਂ ਪੇਪਰ ਦੇ ਟਾਈਮ ਉਨੀ ਮਿਹਨਤ ਨਹੀਂ ਕਰਨੀ ਪਊ ਜਸਟ ਉਦੋਂ ਕੋਈਕ ਰਿਵੀਜ਼ਨ ਹੋਊਗੀ ਕਲੀਅਰ ਹੈ ਜੀ ਚਲੋ ਲਾਸਟ ਕੁਐਸਚਨ ਆਪਾਂ ਕਰਦੇ ਹਾਂ ਤੁਹਾਡੀ ਸਕਰੀਨ ਦੇ ਅੱਗੇ ਇੱਕ ਲਾਸਟ ਕੁਐਸਚਨ ਹੈ ਥਰਾਈਵ thrive ਦਾ ਸਿਨੋਮ ਤੁਸਨ ਦੱਸਣਾ ਕੀ ਹੋਗਾ ਡਿਸਟਰੋਏ ਹੋਗਾ ਫਲੋਰਿਸ਼ ਹੋਗਾ ਰੇਜ਼ ਹੋਗਾ ਜਾਂ ਕ੍ਰੀਏਟ ਹੋਗਾ ਯੂ ਹੈਵ 4 ਆਪਸ਼ਨਸ ਨਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਜਾਇਓ ਕਿ thrive ਦਾ ਮੀਨਿੰਗ ਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਸਿਨੋਮ ਇਹਨਾਂ ਦੇ ਵਿੱਚੋਂ ਕੀ ਹੋਊਗਾ ਕਲੀਅਰ एवरीवन ਸੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਟਿਲ ਦੈਨ ਟਾਟਾ ਬਾਏ ਬਾਏ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਜ਼ਰੂਰ ਸ਼ਾਮ ਨੂੰ 6 ਵਜੇ ਕਲਾਸ ਦੇ ਵਿੱਚ ਜ਼ਰੂਰ ਜੁੜਿਆ ਕਰੋ ਇਹ ਕਲਾਸ ਤੁਹਾਡੇ ਲਈ ਫਾਇਦੇਮੰਦ ਹੋਊਗੀ ਇਸ ਚੀਜ਼ ਦੀ ਮੈਂ ਗਰੰਟੀ ਦਿੰਨੀ ਆ ਕਿ ਜੇ ਤੁਸੀਂ ਪ੍ਰੈਕਟਿਸ ਸੈਸ਼ਨ ਡੇਲੀ ਲਾਉਨੇ ਹੋ ਨਾ ਤਾਂ ਐਟ ਲੀਸਟ ਤੁਸੀਂ ਇੰਗਲਿਸ਼ ਦੇ ਵਿੱਚ ਮਾਰ ਨਹੀਂ ਖਾਓਗੇ ਜਸਟ ਇੰਨਾ ਕਹਿਣਾ ਚਾਹੂੰਗੀ ਕਿ ਹਾਂ ਸਟੂਡੈਂਟਸ ਹਲੇ ਘੱਟ ਆਉਂਦੇ ਨੇ ਕਿਉਂਕਿ ਪੇਪਰ ਨਹੀਂ ਹੈਗਾ ਜੀ ਪੇਪਰ ਨਹੀਂ ਆਇਆ ਜੀ ਇਹ ਚੀਜ਼ ਸਾਰੇ ਏਕਸਕਿਊਜ਼ ਹੁੰਦੇ ਨੇ ਕਦੇ ਵੀ ਏਕਸਕਿਊਜ਼ ਨਾ ਕਰੋ ਜਸਟ ਟ੍ਰਾਈ ਕਿ ਹਾਂ ਅਸੀਂ ਏਕਸਕਿਊਜ਼ ਛੱਡ ਕੇ ਉਸ ਚੀਜ਼ ਨੂੰ ਇੰਪਲੀਮੈਂਟ ਕਰੀਏ ਠੀਕ ਹੈ ਜੀ ਸੋ ओके बाय बाय एवरीवन सबू प्यार भरी सस्टिका थैंक यू जी